ਨੇ ਕਾਫੀ ਸਪੀਡ ਨਾਲ ਬੱਸ ਦਾ ਕੱਟ ਮਾਰਿਆ। ਇੱਕ ਬੀਬੀ ਜੋ ਅਗਲੀ ਸੀਟ 'ਤੇ ਬੈਠੀ ਸੀ ਅਤੇ ਉਹ ਬੱਸ ਦੇ ਵਿੱਚ ਅਚਾਨਕ ਇੰਨੀ ਜ਼ੋਰ ਦੇ ਨਾਲ ਬਾਹਰ ਨੂੰ ਡਿੱਗ ਪਈ, ਪਰ ਬੱਸ ਦਾ ਡਰਾਈਵਰ ਇੰਨੀ ਸਪੀਡ ਨਾਲ ਜਾ ਰਿਹਾ ਸੀ ਜੋ ਕਿ ਉਹਦੇ ਕੋਲ ਬੱਸ ਸੰਭਲੀ ਨਹੀਂ ਗਈ। ਬੱਸ ਵਿੱਚ ਆਮ ਪਬਲਿਕ ਜਿਹੜੀ ਬੈਠੀ ਉਹਨਾਂ ਨੇ ਕਾਫੀ ਰੌਲਾ ਪਾਇਆ ਬੱਸ ਦੇ ਵਿੱਚ ਵੀ ਬੀਬੀ ਕੋਈ ਬਾਹਰ ਡਿੱਗ ਪਈ ਆ। ਅੱਧਾ ਕਿਲੋਮੀਟਰ ਤੱਕ ਬੱਸ ਕਾਫੀ ਤੇਜ਼ ਤੱਕ ਲਿਜਾਂਦਾ ਰਿਹਾ। ਜਦੋਂ ਬੱਸ ਰੋਕੀ ਤਾਂ ਉਹਦੇ ਵਿੱਚੋਂ ਮੈਂ ਬੜੀ ਜਲਦੀ ਦੇ ਨਾਲ ਉੱਤਰ ਕੇ ਦੌੜ ਕੇ ਜਾ ਕੇ ਉਹ ਬੀਬੀ ਨੂੰ ਆ ਕੇ ਖੱਤੇ ਦੇ ਵਿੱਚੋਂ ਡਿੱਗਿਆ। ਸੱਟਾਂ ਕਾਫੀਆਂ ਲੱਗੀਆਂ ਉਹਦੇ, ਕੋਈ ਯਾਨੀ ਕਿ ਇਹ ਓਵਰਡੋਜ਼ ਵੀ ਕਰਦੇ ਆ, ਡਰੱਗ ਵਗੈਰਾ ਲੈਂਦੇ ਆ, ਉਹਨਾਂ ਦੀ ਪਹਿਲਾਂ ਚੈਕਿੰਗ ਕੀਤੀ ਜਾਵੇ ਵੀ ਇਹੋ ਜਿਹੇ ਰੱਖਦੇ ਕਿਉਂ ਆ। ਹਾਂਜੀ ਸਰ, ਕੀ ਨਾਮ ਹੈ ਅਤੇ ਕਿੱਦਾਂ ਦੁਰਘਟਨਾ ਹੋਈ ਆ? ਮੇਰਾ ਨਾਂ ਗੁਰਦੀਪ ਸਿੰਘ ਹੈ, ਮੇਰਾ ਪਿੰਡ ਭੰਡਾਰਾ ਮੰਡੀ ਕੀ। ਕੱਲ੍ਹ ਮੇਰੇ ਨਾਲ ਇੱਕ ਬਹੁਤ ਅਚਨਚੇਤ ਅਚੰਭਾ ਹੋਇਆ। ਮੈਂ ਕੱਲ੍ਹ ਬੱਸ ਵਿੱਚ ਬੈਠਾ ਸੀ, ਨਾਲ ਮੇਰੀ ਲੜਕੀ ਸੀ ਅਤੇ ਗੁਰਾਇਣ ਬੱਸ ਜਾ ਰਹੀ ਸੀ। ਕਾਨਾ ਢੇਸੀਆਂ ਨੂੰ ਜਦੋਂ ਜਾ ਰਹੀ ਸੀ ਬੱਸ, ਕਾਨਾ ਢੇਸੀ ਵਿੱਚ ਦੀ ਲੰਘ ਰਹੀ ਸੀ, ਘਾਰੂ ਜਠੇਰਿਆਂ ਦੀ ਕੋਲ ਦੀ ਬੱਸ, ਡਰਾਈਵਰ ਨੇ ਕਾਫੀ ਸਪੀਡ ਨਾਲ ਬੱਸ ਦਾ ਕੱਟ ਮਾਰਿਆ। ਇੱਕ ਬੀਬੀ ਜੋ ਅਗਲੀ ਸੀਟ 'ਤੇ ਬੈਠੀ ਸੀ ਅਤੇ ਉਹ ਬੱਸ ਦੇ ਵਿੱਚ ਅਚਾਨਕ ਇੰਨੀ ਜ਼ੋਰ ਦੇ ਨਾਲ ਬਾਹਰ ਨੂੰ ਡਿੱਗ ਪਈ, ਪਰ ਬੱਸ ਦਾ ਡਰਾਈਵਰ ਇੰਨੀ ਸਪੀਡ ਨਾਲ ਜਾ ਰਿਹਾ ਸੀ ਜੋ ਕਿ ਉਹਦੇ ਕੋਲ ਬੱਸ ਸੰਭਲੀ ਨਹੀਂ ਗਈ। ਬੱਸ ਵਿੱਚ ਆਮ ਪਬਲਿਕ ਜਿਹੜੀ ਬੈਠੀ ਉਹਨਾਂ ਨੇ ਕਾਫੀ ਰੌਲਾ ਪਾਇਆ ਬੱਸ ਦੇ ਵਿੱਚ ਵੀ ਬੀਬੀ ਕੋਈ ਬਾਹਰ ਡਿੱਗ ਪਈ ਆ। ਅੱਧਾ ਕਿਲੋਮੀਟਰ ਤੱਕ ਬੱਸ ਕਾਫੀ ਤੇਜ਼ ਤੱਕ ਲਿਜਾਂਦਾ ਰਿਹਾ। ਜਦੋਂ ਬੱਸ ਰੋਕੀ ਤਾਂ ਉਹਦੇ ਵਿੱਚੋਂ ਮੈਂ ਬੜੀ ਜਲਦੀ ਦੇ ਨਾਲ ਉੱਤਰ ਕੇ ਦੌੜ ਕੇ ਜਾ ਕੇ ਉਹ ਬੀਬੀ ਨੂੰ ਆ ਕੇ ਖੱਤੇ ਦੇ ਵਿੱਚੋਂ ਡਿੱਗਿਆ। ਸੱਟਾਂ ਕਾਫੀਆਂ ਲੱਗੀਆਂ ਉਹਦੇ ਔਰ ਸਿਰ ਦੇ ਵਿੱਚ ਸੱਟ ਬਹੁਤ ਜ਼ਿਆਦਾ ਲੱਗੀ। ਉੱਥੋਂ ਇੱਕ ਕੋਲ ਆਟੋ ਵਾਲਾ ਲੰਘ ਰਿਹਾ ਸੀ, ਉਹਨੂੰ ਨਾਲ ਉਹਦੀ ਹੈਲਪ ਲਈ। ਹੈਲਪ ਲੈ ਕੇ ਅਸੀਂ ਹਸਪਤਾਲ ਸਰਕਾਰੀ ਲਾਗੇ ਪੰਡਾਲਾ ਮੰਜਕੀ ਵਿਖੇ ਸਿਵਲ ਹਸਪਤਾਲ ਜਾ ਕੇ ਲੈ ਗਏ। ਉੱਥੇ ਜਾ ਕੇ ਉਹਨਾਂ ਡਾਕਟਰਾਂ ਨੇ ਜੋ ਉਹਨਾਂ ਨੇ ਫਸਟ ਏਡ ਕੀਤਾ ਉਹਦਾ, ਟਾਂਕੇ ਲਗਾਏ ਸਿਰ 'ਤੇ, ਪਰ ਰੈਫਲ ਕਰ ਦਿੱਤਾ। ਉਸ ਤੋਂ ਬਾਅਦ ਰਾਤ ਨੂੰ ਪਤਾ ਲੱਗਾ ਵੀ ਬੀਬੀ ਦੀ ਡੈਥ ਹੋ ਗਈ। ਡਰਾਈਵਰ ਦਾ ਕੋਈ ਨਸ਼ਾ ਵਗੈਰਾ ਕੀਤਾ ਹੋਇਆ? ਹਾਂਜੀ, ਉਹਨਾਂ ਮੈਨੂੰ ਇੱਦਾਂ ਲੱਗਦਾ ਸੀ ਵੀ ਕੋਈ ਡਰੱਗ ਵਗੈਰਾ ਕੀਤਾ ਸੀ, ਪਰ ਉਹਦੀ ਅਣਗਹਿਲੀ ਇਹ ਸੀ ਡਰਾਈਵਰ ਦੀ, ਨਾ ਉੱਤਰ ਕੇ ਉਹਨੂੰ ਦੇਖਿਆ ਅਤੇ ਨਾ ਕੰਡਕਟਰ ਨੇ ਆ ਕੇ ਦੇਖਿਆ। ਉਹਨੂੰ ਮੈਂ ਕਿਹਾ ਜਾ ਕੇ ਵੀ ਤੂੰ ਕਿਉਂ ਨਹੀਂ ਆਇਆ ਦੇਖਣ ਵਾਸਤੇ, ਉਹ ਬਸ ਜਿੰਨੀ ਸਵਾਰੀ ਸਾਰੀ ਬਿਠਾਲ ਕੇ ਉਹ ਗਰਾਇਆਂ ਵੱਲ ਚਲੇ ਗਿਆ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਇਹੋ ਜਿਹੇ ਡਰਾਈਵਰ ਜਿਹੜੇ ਨਸ਼ਾ ਦੂਰ ਕਰਦੇ ਆ, ਉਹਨਾਂ ਨੂੰ ਜਾਂ ਤਾਂ ਉਹਦੇ ਲਾਇਸੈਂਸ ਰੱਦ ਕੀਤੇ ਜਾਣ ਅਤੇ ਜਾਂ ਮਾਲਕਾਂ ਦੀ ਬੱਸਾਂ ਜਿਹੜੇ ਉਹਨੇ ਬੌਂਡ ਕੀਤੀਆਂ ਜਾਣ। ਬਸ ਇਹੀ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਆ। ਹਾਂਜੀ ਸਰ, ਇੱਕ ਦੁਰਘਟਨਾ ਹੋਈ ਆ, ਉਹਦੇ ਬਾਰੇ ਥੋੜ੍ਹਾ ਜਿਹਾ ਵਿਸਤਾਰ ਨਾਲ ਦੱਸਿਓ ਜੀ। ਹਾਂਜੀ, ਮੇਰਾ ਨਾਮ ਲਖਵਿੰਦਰ ਮਹਿਰ, ਪਿੰਡ ਕਾਨਾ ਢੇਸੀਆਂ। ਮੇਰੀ ਮਾਤਾ ਬੜਾਲੇ ਤੋਂ ਹੋਸਪਿਟਲ ਤੋਂ ਦਵਾਈ ਲੈ ਕੇ ਪਿੰਡ ਕਾਨਾ ਢੇਸੀਆਂ ਨੂੰ ਆ ਰਹੀ ਸੀਗੀ ਹੈ। ਬੱਸ ਵਿੱਚ ਪਿੰਡ ਨੂੰ ਆਉਂਦੇ ਹੋਏ ਘਾਰੂ ਜਠੇਰਿਆਂ ਦੇ ਕੋਲ ਬੱਸ ਇੰਨੀ ਤੇਜ਼ ਓਵਰ ਸਪੀਡ ਨਾਲ ਸੀਗੀ। ਵਿੱਚ ਬੈਠੀਆਂ ਸਵਾਰੀਆਂ ਨੇ ਦੱਸਿਆ ਕਿ ਵੀ ਇੰਨੀ ਸਾਨੂੰ ਇੱਦਾਂ ਲੱਗਿਆ ਵੀ ਹੁਣ ਵੀ ਉਲਟ ਗਈ, ਬੱਸ ਉਲਟ ਗਈ ਹੈ ਨਾ। ਇੰਨੀ ਤੇਜ਼ ਮੋੜੀ ਮੋੜਿਆ ਉਹਨੇ ਕਿ ਮੇਰੀ ਮਾਤਾ ਉੱਛਲ ਕੇ ਬਾਹਰ ਡਿੱਗ ਪਈ, ਪੌੜੀਆਂ ਦੇ ਵਿੱਚ ਡਿੱਗ ਕੇ ਬਾਹਰ ਬੱਸ ਤੋਂ ਡਿੱਗ ਪਈ। ਬੱਸ ਪਰ ਬੱਸ ਵਾਲੇ ਨੇ ਇੰਨਾ ਓਵਰਡੋਜ਼, ਨੂੰ ਪਤਾ ਨਹੀਂ ਸ਼ਾਇਦ ਨਸ਼ਾ ਕੀਤਾ ਹੋਇਆ ਸੀਗਾ, ਇੰਨੀ ਓਵਰ ਸਪੀਡ ਸੀਗੀ ਅਤੇ ਉਹਨੇ ਇੰਨਾ ਬੱਸ ਤੋਂ ਬਾਹਰ ਡਿੱਗਣ ਤੋਂ ਬਾਅਦ ਵੀ ਬੱਸ ਨਹੀਂ ਰੋਕੀ ਉਹਨੇ, ਅਤੇ 2 ਕਿਲੋਮੀਟਰ ਜਾ ਕੇ ਲੋਕਾਂ ਨੇ ਰੌਲਾ ਪਾਇਆ ਅਤੇ ਫਿਰ ਜਾ ਕੇ ਬੱਸ ਰੋਕੀ ਅਤੇ ਉੱਥੋਂ ਵਿੱਚੋਂ ਇੱਕ ਬੰਦਾ ਵਿਚਾਰਾ ਬਡਾਲੇ ਦਾ ਗੁਰਦੀਪ ਸਿੰਘ, ਉਹਨੇ ਆ ਕੇ ਮੇਰੀ ਮਾਤਾ ਨੂੰ ਚੁੱਕਿਆ ਅਤੇ ਮੱਥੇ 'ਤੇ ਰੁਮਾਲ ਰੱਖ ਕੇ, ਸੱਟ ਲੱਗੀ ਹੋਈ ਸੀ ਉਹਨੂੰ ਦੇਖਿਆ ਅਤੇ
ਨਾਲੇ ਫਿਰ ਉੱਥੇ ਇੱਕ ਮੁੰਡਾ ਗਗਨ ਆ ਉਹ ਆਟੋ ਚਲਾਉਂਦਾ, ਉਹਨੇ ਆਟੋ ਲੈ ਕੇ ਆ ਕੇ ਇਹਨਾਂ ਦੋਨਾਂ ਨੇ ਰਲ ਕੇ ਮੇਰੀ ਮਾਤਾ ਨੂੰ ਹੋਸਪਿਟਲ ਬਡਾਲੇ ਲੈ ਕੇ ਗਏ। ਉੱਥੇ ਉਹਨਾਂ ਨੇ ਜੋ ਵੀ ਡਾਕਟਰਾਂ ਨੇ ਫਸਟ ਐਡ ਟ੍ਰੀਟਮੈਂਟ ਕਰਨਾ ਸੀ ਉਹ ਕੀਤਾ। ਮਾਤਾ ਦਾ ਕੀ ਨਾਮ ਸੀਗਾ, ਕਿੰਨੀ ਕੁ ਉਮਰ ਸੀਗੀ ਮਾਤਾ ਜੀ ਦੀ? ਮੇਰੀ ਮਾਤਾ ਨਾਮ ਬਲਵੀਰ ਕੌਰ ਸੀ ਅਤੇ ਕੋਈ 65 ਸਾਲ ਦੀ ਉਮਰ ਸੀਗੀ। ਡਰਾਈਵਰ ਕੋਲ ਲਾਇਸੈਂਸ ਵਗੈਰਾ ਪਰਮਿਟ ਵਗੈਰਾ ਸੀਗੇ? ਨਹੀਂ, ਹਾਂ ਜੀ, ਇਹ ਵੀ ਸਾਨੂੰ ਪਤਾ ਲੱਗਿਆ ਕਿ ਡਰਾਈਵਰ ਤੋਂ ਨਾ ਲਾਇਸੈਂਸ ਆ ਅਤੇ ਬੱਸ ਦਾ ਨਾ ਹੀ ਪਰਮਿਟ ਆ ਅਤੇ ਉਹ ਨਸ਼ਾ ਵੀ ਬਹੁਤ ਕਰਦਾ ਉਹ ਡਰਾਈਵਰ। ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਜੋ ਵੀ ਬਣਦੀ ਕਾਰਵਾਈ ਹੈ ਨਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ ਅਤੇ ਜੋ ਵੀ ਬਣਦੀ ਕਾਰਵਾਈ ਉਹਦੇ ਖਿਲਾਫ ਉਹ ਹੋਣੀ ਚਾਹੀਦੀ ਆ। ਹਾਂਜੀ ਸਰ, ਇਹ ਜਿਹੜੀ ਇਹ ਦੁਰਘਟਨਾ ਵਾਪਰੀ ਆ ਬਡਾਲੇ ਤੋਂ ਪਿੰਡ ਬਡਾਲਾ ਤੋਂ ਕਾਨਾ ਢੇਸੀਆਂ ਦੇ ਵਿਚਕਾਰ ਸ਼੍ਰੀਮਤੀ ਬਲਵੀਰ ਕੌਰ ਜੀ ਜਿਹੜੇ ਕਿ ਮਤਲਬ ਬਡਾਲਾ ਸਰਕਾਰੀ ਹਸਪਤਾਲ ਤੋਂ ਆਪਣਾ ਚੈੱਕਅਪ ਕਰਾ ਕੇ ਦਵਾਈ ਲੈ ਕੇ ਵਾਪਸ ਆ ਰਹੇ ਸਨ, ਜਦੋਂ ਬਡਾਲੇ ਤੋਂ 2 ਕਿਲੋਮੀਟਰ ਦੂਰ 'ਤੇ ਘਰ ਵਿੱਚ ਖੇਤਰ ਦੇ ਨਜ਼ਦੀਕ ਜਦੋਂ ਦੁਰਘਟਨਾ ਵਾਪਰੀ ਆ, ਪਤਾ ਲੱਗਣ 'ਤੇ ਇਹ ਪਤਾ ਲੱਗਾ ਵੀ ਮਤਲਬ ਜਿਹੜਾ ਡਰਾਈਵਰ ਆ ਬਹੁਤ ਯਾਨੀ ਕਿ ਓਵਰ ਹਾਈ ਸਪੀਡ 'ਤੇ ਬੱਸ ਚਲਾ ਰਿਹਾ ਸੀ ਔਰ ਸਵਾਰੀਆਂ ਦੇ ਦੱਸਣ ਦੇ ਮੁਤਾਬਕ ਇਹ ਪਤਾ ਲੱਗਾ ਕਿ ਉਹ ਨਸ਼ਈ ਵੀ ਸੀਗਾ, ਨਸ਼ੇੜੀ ਵੀ ਪੂਰਾ ਸੀਗਾ ਅਤੇ ਜਦੋਂ ਉਹਨੇ ਇੱਕਦਮ ਮੋੜ ਕੱਟਿਆ, ਤੇਜ਼ੀ ਨਾਲ ਮੋੜ ਕੱਟਿਆ ਤਾਂ ਜਿਹੜੇ ਬਲਵੀਰ ਕੌਰ ਜੀ ਆ, ਮ੍ਰਿਤਕ ਬਲਵੀਰ ਕੌਰ ਜੀ ਜਿਹੜੇ ਕਿ ਸਾਡੇ ਮਾਮੀ ਜੀ ਵੀ ਲੱਗਦੇ ਆ, ਉਹ ਇੱਕਦਮ ਹੀ ਭੁੜ ਕੇ ਬਾਹਰ ਡਿੱਗ ਪਏ, ਜਿਸ ਦੇ ਸਰ ਵਿੱਚ ਬਹੁਤ ਯਾਨੀ ਕਿ ਡੂੰਘੀ ਸੱਟ ਲੱਗੀ, ਜਿਸ ਕਾਰਨ ਉਹਨਾਂ ਨੂੰ ਮਤਲਬ ਰੋਕਣਾ ਮਤਲਬ ਲਿਜਾਣਾ ਤਾਂ ਕੀ ਸੀ ਹਸਪਤਾਲ। ਉਸ ਡਰਾਈਵਰ ਨੇ ਉਹਦੀ ਹਾਲ ਚਾਲ ਵੀ ਪੁੱਛਿਆ, ਗਾਂਹ 2 ਕਿਲੋਮੀਟਰ ਜਾ ਕੇ ਬੱਸ ਰੋਕੀ, ਜਦੋਂ ਬੱਸ ਰੋਕ ਕੇ ਫਿਰ ਵੀ ਉਹਦੀ ਹਾਲ ਚਾਲ ਪੁੱਛਿਆ, ਕਿਸੇ ਆਟੋ ਵਾਲੇ ਨੂੰ ਬੁਲਾ ਕੇ ਉਹਨੂੰ ਹਸਪਤਾਲ ਭੇਜ ਦਿੱਤਾ, ਪਰ ਉਹਦੀ ਕੋਈ ਸਾਰ ਨਹੀਂ ਰਹੀ, ਉਹ ਸਿੱਧਾ ਫਿਰ ਵਾਪਸ ਆਪਣੇ ਚਲਾ ਗਿਆ। ਪਰ ਜਿਹੜਾ ਮਰੀਜ਼ ਆ ਬਡਾਲੇ ਵਾਲੇ ਹਸਪਤਾਲਾਂ ਨੇ ਜਵਾਬ ਦਿੱਤਾ, ਉਹਨਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਜਿੱਥੇ ਉਹਨਾਂ ਦੀ ਇਹ ਡੈਥ ਹੋ ਗਈ ਆ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਇਹ ਘੱਟ ਤੋਂ ਘੱਟ 3ਜੀ 4ਥੀ ਘਟਨਾ ਵਾਪਰ ਚੁੱਕੀ ਆ, ਇਹਨਾਂ 'ਤੇ ਜਿਹੜੇ ਡਰਾਈਵਰ ਆ ਇਹਨਾਂ ਦਾ ਜਿਹੜਾ ਲਾਇਸੈਂਸ ਰੱਦ ਕੀਤਾ ਜਾਵੇ, ਪਰਮਿਟ ਰੱਦ ਕੀਤਾ ਜਾਵੇ। ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਇਹੋ ਜਿਹੇ ਨਸ਼ੇਹੀ ਡਰਾਈਵਰਾਂ ਨੂੰ ਕੋਈ ਡਰਾਈਵਿੰਗ ਦਾ ਕੋਈ ਅਧਿਕਾਰ ਨਾ ਦਿੱਤਾ ਜਾਵੇ ਔਰ ਜਿਹੜੀ ਆ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਹਾਂਜੀ ਸਰ, ਜਿਹੜੀ ਅੱਜ ਇੱਕ ਦੁਰਘਟਨਾ ਹੋਈ ਆ ਉਹਦੇ ਬਾਰੇ ਥੋੜ੍ਹਾ ਵਿਸਤਾਰ ਨਾਲ ਦੱਸਿਓ ਜੀ। ਕੱਲ੍ਹ ਬੀਤੀ 29/4/24 ਨੂੰ ਇੱਕ ਬੱਸ, ਸੰਧੂ ਬੱਸ ਸਰਵਿਸ ਜਿਹੜੀ ਆ ਗਰਾਇਆਂ ਤੋਂ ਜੰਡਿਆਲਾ ਨੂੰ ਚੱਲਦੀ ਹੈ, ਜਦੋਂ ਜੰਡਿਆਲਾ ਤੋਂ ਹੋ ਕੇ ਵਾਪਸ ਪਿੰਡ ਬਡਾਲਾ ਤੋਂ ਕਾਨਾ ਢੇਸੀਆਂ ਵੱਲ ਦੀ ਜਾ ਰਹੀ ਸੀ ਗਰਾਇਆਂ ਨੂੰ, ਅਤੇ ਜੋ ਬਡਾਲਾ ਤੋਂ ਥੋੜ੍ਹਾ ਅੱਗੇ ਆ ਕੇ ਕਾਨਾ ਢੇਸੀਆਂ ਲਾਗੇ ਬੱਸ ਦੇ ਵਿੱਚ ਜਿਹੜੀ ਡਰਾਈਵਰ ਨੇ ਤੇਜ਼ ਰਫ਼ਤਾਰ ਚਲਾ ਕੇ ਚਲਾਈ ਸੀ, ਜਿਸ ਨਾਲ ਬੱਸ ਦੇ ਵਿੱਚ ਬੈਠੀ ਔਰਤ ਆ ਉਹ ਪੌੜੀ ਦੇ ਵਿੱਚੋਂ ਬਾਹਰ ਡਿੱਗ ਪਈ, ਜਿਹਦੇ ਨਾਲ ਉਹਦੇ ਸਿਰ 'ਚ ਸੱਟ ਲੱਗ ਗਈ, ਜਿਹੜੀ ਦੇਰ ਰਾਤ ਉਹਦੀ ਅੱਜ ਕੱਲ੍ਹ ਮੌਤ ਹੋ ਗਈ। ਜਿਹੜਾ ਡਰਾਈਵਰ ਦੇ ਖਿਲਾਫ਼ ਮੁਕੱਦਮਾ ਨੰਬਰ 58/30/4/24 ਅੰਡਰ ਸੈਕਸ਼ਨ 279(3)(4)AIPC ਥਾਣਾ ਗ੍ਰਾਂ ਵਿੱਚ ਦਰਜ ਰਜਿਸਟਰ ਕੀਤਾ ਅਤੇ ਜਿਹਦੀ ਤਫਤੀਸ਼ ਚੱਲ ਰਹੀ ਆ ਅਤੇ ਬੱਸ ਵੀ ਕਾਬੂ ਕਰ ਰਹੀ ਆ ਅਤੇ ਬੱਸ ਦਾ ਡਰਾਈਵਰ ਜਿਹੜਾ ਬੰਟੀ ਸਿੰਘ ਸਾਨੂੰ ਮੱਖਣ ਸਿੰਘ ਆ ਉਹ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਅਤੇ ਜਿਹਨਾਂ ਦੀ ਡੈਥ ਹੋਈ ਆ ਉਹਨਾਂ ਦਾ ਕੀ ਨਾਮ ਹੈ, ਕਿਹੜੇ ਪਿੰਡ ਦੇ ਆ, ਕਿੱਥੇ ਰਹਿਣ ਵਾਲੇ ਆ? ਜਿਹੜੀ ਔਰਤ ਦੀ ਮੌਤ ਹੋਈ ਉਹਨਾਂ ਦਾ ਨਾਂ ਬਲਵੀਰ ਕੌਰ ਆ, ਉਹਨਾਂ ਦੇ ਘਰ ਵਾਲੇ ਦਾ ਨਾਂ ਸੋਹਣ ਲਾਲ ਆ ਅਤੇ ਕਾਨਾ ਢੇਸੀਆਂ ਪਿੰਡ ਦੇ ਹੀ ਰਹਿਣ ਵਾਲੇ ਆ, ਉਹ ਹਸਪਤਾਲ ਤੋਂ ਦਵਾਈ ਲੈ ਕੇ ਵਾਪਸ ਆ ਰਹੇ ਸੀ।
ਤੇ ਡਰਾਈਵਰ ਤੋਂ ਲਾਇਸੈਂਸ ਵਗੈਰਾ ਹੈਗਾ ਜੀ? ਹਜੇ ਤੱਕ ਤਾਂ ਨਹੀਂ ਮਿਲਿਆ ਹੈਗਾ। ਕਿੱਥੋਂ ਦਾ ਰਹਿਣ ਵਾਲਾ ਜੀ ਡਰਾਈਵਰ? ਡਰਾਈਵਰ ਵੈਸੇ ਪਿੱਛੋਂ ਇਹ ਸਟੇਟ ਹਰਿਆਣਾ ਦੇ ਵਿੱਚ ਫਤਿਹਾਬਾਦ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਰਤਨਗੜ੍ਹ, ਉੱਥੋਂ ਦਾ ਰਹਿਣ ਵਾਲਾ ਹੈ, ਪਰ ਹੁਣ ਤਕਰੀਬਨ 5 ਸਾਲ ਤੋਂ ਇਹ ਕਾਨਾ ਢੇਸੀਆਂ ਵਿਖੇ ਹੀ ਰਹਿੰਦਾ। ਕੋਈ ਨਸ਼ਾ ਵਗੈਰਾ ਕੀਤਾ ਸੀਗਾ ਡਰਾਈਵਰ ਦਾ ਜਾਂ ਕੋਈ ਡੋਜ਼? ਉਸ ਸਮੇਂ ਤਾਂ ਕਹਿ ਨਹੀਂ ਸਕਦੇ ਹੈਗੇ ਆਪਾਂ, ਹੁਣ ਕੱਲ੍ਹ ਕੀਤਾ ਸੀ ਕਿ ਨਹੀਂ, ਕੱਲ੍ਹ ਦੀ ਗੱਲ ਹੈ।